ਪਰ ਜਿਹੜਾ ਮੈਂ ਸ਼ਬਦ ਮੈਨੂੰ ਹੁਕਮ ਲਾਇਆ ਸੀ ਵੀ ਆਹ ਗੱਲ ਕਹਿਣੀ ਹੈ ਉਹ ਮੈਂ ਕਹਿਣਾ ਚਾਹੁੰਦਾ। ਸਨਮਾਨ ਕਿਹਨਾਂ ਨੂੰ ਮਿਲਦੇ ਨੇ? ਗੁਰੂ ਘਰੋਂ ਸਨਮਾਨ ਕਿਹਨਾਂ ਨੂੰ ਮਿਲਦੇ ਨੇ? ਅੱਜ ਤੇ ਸਰੋਪੇ ਸਤ ਸੰਗਤ ਆ, ਆਪਾਂ ਸਾਰਿਆਂ ਨੂੰ ਦੇਈ ਜਾਂਦੇ ਹਾਂ, ਅਮੀਰ ਗਰੀਬ ਦਾ ਪਾੜਾ ਵੇਖ ਕੇ ਦੇਈ ਜਾਂਦੇ ਹਾਂ। ਅਮੀਰਾਂ ਨੂੰ ਬਹੁਤੇ ਸਰੋਪੇ ਮਿਲਦੇ ਨੇ ਗੁਰੂ ਦੇ ਦਰਬਾਰ ਵਿੱਚੋਂ। ਅਮੀਰਾਂ ਦੇ ਕਰਮਾਂ ਨੂੰ ਪੈਸੇ ਦਾ ਪਰਦਾ, ਅਮੀਰਾਂ ਦੇ ਧਰਮਾਂ ਨੂੰ ਪੈਸੇ ਦਾ ਪਰਦਾ। ਕਿਸੇ ਸਿਆਣੇ ਬੰਦੇ ਨੇ ਕਿਹਾ ਸੀ, ਗਰੀਬ ਜੇ ਸੱਚ ਹੀ ਕਹੇ ਤਾਂ ਸੱਚ ਨਾ ਮਾਨੇ ਕੋਈ, ਅਮੀਰ ਜੇ ਝੂਠੀ ਕਹੇ ਤਾਂ ਹਾਂਜੀ ਹਾਂਜੀ ਹੋਏ। ਬਹੁਤ ਲੋਕ ਅਮੀਰ ਬੰਦੇ ਨੂੰ ਬਹੁਤੇ ਸਰੋਪੇ ਦਿੰਦੇ ਨੇ ਵੀ ਇਹ ਸਾਹਿਬ ਤੁਸੀਂ ਬੜੇ ਪੰਥ ਦੇ ਪ੍ਰਸਿੱਧ ਬੁਲਾਰੇ ਬੈਠੇ ਹੋ, ਤੁਹਾਡੇ ਬੈਠਿਆਂ 'ਤੇ ਕਈ ਵਾਰ ਮਹਿਸੂਸ ਕਰੀਦਾ ਵੀ ਕਿਹੜੀਆਂ ਗੱਲਾਂ ਕਹੀਏ ਅਤੇ ਕੀ ਨਾ ਕਹੀਏ। ਸਨਮਾਨ ਕਿਹਨਾਂ ਨੂੰ ਮਿਲਦੇ ਨੇ? ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਦੀ ਕਹਾਣੀ ਹੈ, ਪ੍ਰਸੰਗ ਇਹੋ ਹੀ ਆ ਪਲਾਹੀ ਸਾਹਿਬ ਦਾ। ਮੈਂ ਇੱਕ ਖਿਣ ਵਿੱਚੋਂ ਨਿਕਲ ਕੇ ਆਖਰੀ ਰਚਨਾ ਆਪ ਜੀ ਦੀ ਸੇਵਾ 'ਚ ਕਹਿ ਕੇ ਤੁਹਾਡੀ ਅਸੀਸ ਦਾ ਪਾਤਰ ਬਣਨ ਦਾ ਯਤਨ ਕਰਨ ਲੱਗਾ। ਆਓ ਸੁਰਤ ਲਾ ਕੇ ਚੱਲੋ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ। ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ। ਉਹ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਦੀਵਾਨ ਸਜਿਆ, ਸਜੇ ਦੀਵਾਨ ਦੀ ਸਮਾਪਤੀ ਹੋਣ ਜਾ ਰਹੀ ਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਅੱਜ ਗਜ਼ਲਾਂ ਸੁਣਨੇ ਨੂੰ ਰੂਹ ਕਰਦੀ ਆ। ਗਜ਼ਲਾਂ ਸੁਣਾਉਣ ਵਾਲੇ ਗਜ਼ਲ ਗਵਾਂ ਨੂੰ ਆਵਾਜ਼ ਮਾਰ ਕੇ ਲੈ ਕੇ ਆ। ਭਾਈ ਦਇਆ ਸਿੰਘ ਆਏ, ਭੈਣੋ ਧਿਆਨ ਦੇ ਕੇ ਸੁਣਿਓ, ਬੀਬੀਆਂ ਦਾ ਬੋਲਣਾ ਮਜਬੂਰੀ ਹੁੰਦਾ ਮੈਨੂੰ ਪਤਾ, ਕਿਉਂਕਿ ਬੀਬੀਆਂ ਕੋਲ ਬੱਚੇ ਹੁੰਦੇ ਨੇ, ਜਿਹੜੇ ਬੱਚੇ ਅਲਤਾਂ ਕਰਦੇ ਨੇ ਤਾਂ ਬੀਬੀਆਂ ਨੂੰ ਬੋਲਣਾ ਪੈਂਦਾ। ਪਰ ਜੇ ਤੁਸੀਂ ਸੁਣੋਗੇ ਧਿਆਨ ਨਾਲ ਤੁਹਾਡੇ ਕੁਝ ਪੱਲੇ ਪਊਗਾ, ਨਹੀਂ ਤਾਂ ਮੈਂ 5 ਰੁਪਈਆਂ ਦੀ ਲੈ ਕੇ ਚਲੇ ਜਾਣਾ ਤੁਹਾਡੇ ਪਿੰਡੋਂ। ਸਤਸੰਗਤ ਸੁਣਿਓ, ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਭਾਈ ਦਇਆ ਸਿੰਘ 4 ਗਜ਼ਲਾਂ ਸੁਣਨ ਵਾਲੇ ਗਜ਼ਲ ਗੋਆਂ ਨੂੰ ਲੈ ਕੇ ਆਏ। ਪਹਿਲਾ ਗਜ਼ਲ ਗੋ ਨੇ ਗਜ਼ਲ ਸੁਣਾਈ, ਸਤਿਗੁਰਾਂ ਨੇ ਉਹਨੂੰ ਸਰੋਪਾ ਦਿੱਤਾ। ਦੂਸਰੇ ਗਜ਼ਲ ਗੋ ਨੇ ਗਜ਼ਲ ਸੁਣਾਈ, ਸਤਿਗੁਰੂ ਨੇ ਸੋਨੇ ਦੀਆਂ ਮੋਹਰਾਂ ਦਾ ਰੁੱਗ ਭਰ ਕੇ ਉਹਦੀ ਝੋਲੀ ਪਾ ਦਿੱਤਾ। ਤੀਸਰੇ ਗਜ਼ਲ ਗੋ ਨੇ ਗਜ਼ਲ ਸੁਣਾਈ, ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਨੇ ਹੀਰਿਆਂ ਜੜਿਆ ਕੈਂਠਾ ਭੇਟਾ ਕੀਤਾ ਸੀ। ਗਰੀਬ ਨਵਾਜ਼ ਪਾਤਸ਼ਾਹ ਨੇ ਹੀਰਿਆਂ ਜੜਿਆ ਕੈਂਠਾ ਉਸ ਗਜ਼ਲ ਗੋ ਦੇ ਗਲ ਵਿੱਚ ਪਾ ਦਿੱਤਾ। ਚੌਥੇ ਨੰਬਰ 'ਤੇ ਵਾਰੀ ਆਈ ਆ ਗਜ਼ਲਾਂ ਸੁਣਾਉਣ ਦੇ ਜਿਹੜੇ ਧਨੰਤਰ ਨੇ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਗੋਆ। ਅੱਜ ਗੋਆ ਜੀ ਨੂੰ ਬਹੁਤ ਘੱਟ ਚੇਤੇ ਕੀਤਾ ਜਾਂਦਾ। ਸਾਡੇ ਸਿੱਖਾਂ ਦੇ ਲੀਡਰ ਨਾ ਗੋਆ ਜਾ ਕੇ ਕਾਨਫਰੰਸਾਂ ਕਰਨ ਜਾਂਦੇ ਨੇ, ਉੱਥੇ ਗੋਆ ਬੜੀਆਂ ਕਾਨਫਰੰਸਾਂ ਹੁੰਦੀਆਂ, ਪਰ ਭਾਈ ਨੰਦ ਲਾਲ ਦੇ ਦਰਵਾਜ਼ੇ 'ਤੇ ਮੱਥਾ ਟੇਕਣ ਕੋਈ ਵੀ ਨਹੀਂ ਜਾਂਦਾ। ਭਾਈ ਨੰਦ ਲਾਲ ਗੋਆ ਜੀ ਦੇ ਘਰ ਦੇ ਵਿੱਚ ਮੱਥਾ ਟੇਕਣ ਕੋਈ ਨਹੀਂ ਜਾਂਦਾ। ਸਾਡੇ ਸਿੱਖਾਂ ਦੇ ਲੀਡਰ ਵੀ ਬੜੀਆਂ ਕਾਨਫਰੰਸਾਂ ਕਰਦੇ ਉੱਥੇ, ਪਰ ਭਾਈ ਨੰਦ ਲਾਲ ਜੀ ਨੂੰ ਕੋਈ ਨਮਸਕਾਰ ਨਹੀਂ ਕਰਨ ਜਾਂਦਾ। ਭਾਈ ਨੰਦ ਲਾਲ ਗੋਆ ਜੀ ਨੇ ਗਜ਼ਲ ਸੁਣਾਈ, ਗਜ਼ਲ ਦੇ ਹਰਫ ਸਨ, ਫਿਦਾ ਅਸਤ ਜਾਨੇ ਦਿਲੇ ਮਨ ਬਖਾ ਕੇ ਮੁੱਕ ਦਮੇ ਪਾਕ ਹਰ ਆਂ ਕਸੇ ਕੇ ਬਸੂਏ ਤੋਂ ਰਹਿ ਨਮੂਦ ਮਰਾ। ਇਹ ਫਾਰਸੀ ਦੇ ਅੱਖਰ ਹੈ, ਜੇ ਨਹੀਂ ਵਿਆਖਿਆ ਕਰਾਂਗਾ ਤੇ ਵਕਤ ਬਹੁਤ ਲੱਗੇਗਾ। ਫਿਦਾ ਅਸ ਜਾਨੇ ਦਿਲੇ ਮਨ ਬਖਾ ਕੇ ਮੁੱਕ ਦਮੇ ਪਾਕ ਹਰ ਆਂ ਕਸੇ ਕੇ ਬਸੂਏ ਤੋਂ ਰਹਿ ਨਮੂਦ ਮਰਾ। ਇਹਦੇ ਅਖਰੀ ਅਰਥ ਨੇ ਕਿ ਜਿਹੜਾ ਮੈਨੂੰ ਮੇਰੇ ਗੁਰੂ ਦੀ ਯਾਦ ਦਵਾਵੇ ਮੈਂ ਉਹਦੇ ਪੈਰ ਧੋ ਕੇ ਪੀ ਲਵਾਂ। ਦਸਵੇਂ ਪਾਤਸ਼ਾਹ ਭਾਈ ਨੰਦ ਲਾਲ ਜੀ ਨੂੰ ਕਹਿਣ ਲੱਗੇ, ਨੰਦ ਲਾਲ ਪਹਿਲੇ ਨੇ ਗਜ਼ਲ ਸੁਣਾਈ ਉਹਨੂੰ ਸਰੋਪਾ ਦਿੱਤਾ, ਦੂਜੇ ਨੇ ਗਜ਼ਲ ਸੁਣਾਈ ਉਹਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ, ਤੀਜੇ ਦੀ ਗਜ਼ਲ ਦੀ ਕੀਮਤ ਦੇ ਬਰਾਬਰ ਉਹਨੂੰ ਹੀਰਿਆਂ ਜੜਿਆ ਕੈਂਠਾ ਦਿੱਤਾ। ਉਹ ਮਿੱਤਰਾ ਤੂੰ ਜਿਹੜੀ ਗਜ਼ਲ ਸੁਣਾਈ ਆ, ਤੇਰੀ ਗਜ਼ਲ ਦੀ ਕੀਮਤ ਬਦਲੇ ਕੀ ਦੇਵਾਂ, ਮੇਰੇ ਅੱਖ ਥੱਲੇ ਨਹੀਂ ਆਉਂਦਾ। ਹੁਣ ਇਉਂ ਕਰੋ ਭਾਈ ਨੰਦ ਲਾਲ ਜੀ, ਤੁਸੀਂ ਜੋ ਮੰਗਣਾ ਚਾਹੁੰਦੇ ਆਪ ਹੀ ਮੰਗ ਲਓ, ਜੋ ਮੰਗੋਗੇ ਉਹੀ ਮਿਲ ਜਾਣਾ। ਭਾਈ ਨੰਦ ਲਾਲ ਕਹਿੰਦੇ, ਪਾਤਸ਼ਾਹ ਮੈਂ ਬੜਾ ਤਜਰਬੇਕਾਰ ਮੰਗਦਾ, ਜੇ ਮੈਂ ਮੰਗਣ ਲੱਗਿਆ ਮੈਂ ਮੰਗਣੋਂ ਹਟਣਾ ਨਹੀਂ ਹੈ। ਸਤਿਗੁਰੂ ਕਹਿਣ ਲੱਗਾ, ਕੋਈ ਪ੍ਰਵਾਹ ਨਹੀਂ, ਮੰਗ ਜੋ ਮੰਗੇਗਾ ਤੈਨੂੰ ਮਿਲ ਜਾਏਗਾ। ਗੁਰੂ ਨਾਨਕ ਦੇ ਘਰ ਦੇ ਬੂਹੇ ਖੁੱਲ੍ਹੇ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਭਾਈ ਨੰਦ ਲਾਲ ਜੀ ਨੇ ਹੱਥ ਜੋੜੇ, ਸਤਿਗੁਰੂ ਕਹਿੰਦੇ ਮੰਗ। ਕਹਿੰਦਾ ਪਾਤਸ਼ਾਹ ਮੇਰੀ ਪਹਿਲੀ ਮੰਗ ਹੈ, ਜਦੋਂ ਮੇਰੀ ਜਾਨ ਨਿਕਲੇ, ਮੇਰੇ ਸਰੀਰ ਵਿੱਚੋਂ ਪੌਰ ਉਡਾਰੀ ਮਾਰੇ, ਪ੍ਰਾਣ ਖਤਮ ਹੋਣ, ਮੇਰੀ ਪਹਿਲੀ ਮੰਗ ਹੈ ਕਿ ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੁਹਾਡੇ ਸੱਜੇ ਪੱਟ ਉੱਤੇ ਪਿਆ ਹੋਣਾ ਚਾਹੀਦਾ। ਮੇਰਾ ਸਿਰ ਤੁਹਾਡੇ ਸੱਜੇ ਪੱਟ ਉੱਤੇ ਪਿਆ ਹੋਵੇ, ਮੇਰੀ ਜਾਨ ਤੁਹਾਡੀ ਗੋਦੀ ਵਿੱਚ ਨਿਕਲੇ। ਸਾਰੀ ਸੰਗਤ ਹੈਰਾਨ ਕਿ ਗੋਆ ਕਿਆ ਮੰਗਣ ਲੱਗਾ। ਦਸਵੇਂ ਪਾਤਸ਼ਾਹ ਕਹਿੰਦੇ ਗੋਆ ਜੀ ਹੋਰ ਮੰਗੋ। ਭਾਈ ਨੰਦ ਲਾਲ ਕਹਿਣ ਲੱਗਾ, ਪਾਤਸ਼ਾਹ ਦੂਜੀ ਮੰਗ ਹੈ, ਮੇਰੀ ਚਿਖਾ ਨੂੰ ਲਾਂਬੂ ਆਪਣੇ ਮੁਬਾਰਕ ਹੱਥਾਂ ਨਾਲ ਲਾਇਓ ਜੀ। ਦਸਵੇਂ ਪਾਤਸ਼ਾਹ ਕਹਿੰਦੇ ਹੋਰ ਮੰਗ ਕੀ ਮੰਗਦਾ। ਭਾਈ ਨੰਦ ਲਾਲ ਕਹਿਣ ਲੱਗੇ, ਪਾਤਸ਼ਾਹ ਜਦੋਂ ਮੈਂ ਮਰ ਜਾਣਾ, ਮਰ ਕੇ ਮੈਂ ਸੜ ਜਾਣਾ, ਮੇਰੀ ਸਰਕੇ ਸੁਆਹ ਬਣ ਜਾਣੀ ਆ, ਉਦੋਂ ਮੇਰੀ ਤੀਜੀ ਮੰਗ ਹੈ ਕਿ ਹਵਾ ਦਾ ਪੱਖਾ ਬੰਦ ਹੋ ਜਾਵੇ, ਪੌਣ ਦਾ ਪੱਖਾ ਸਮਾਪਤ ਹੋ ਜਾਏ। ਸਤਿਗੁਰੂ ਕਹਿੰਦੇ ਗੋਆ ਇਹ ਨਹੀਂ ਹੋ ਸਕਦਾ, ਹਵਾ ਬੰਦ ਕਰਕੇ ਦੁਨੀਆ ਥੋੜ੍ਹਾ ਮਾਰਨੀ ਹੈ, ਨਾਲੇ ਤੂੰ ਜਦੋਂ ਸਮਾਪਤੀ ਹੋ ਜਾਣਾ ਫਿਰ ਹਵਾ ਕਿਉਂ ਬੰਦ ਕਰਾਉਣੀ ਚਾਹੁੰਦਾ। ਭਾਈ ਨੰਦ ਲਾਲ ਜੀ ਦੀ ਭਾਵਨਾ ਸੁਣਿਓ, ਸਨਮਾਨ ਕਿਹਨਾਂ ਨੂੰ ਮਿਲਦੇ ਨੇ? ਭਾਈ ਨੰਦ ਲਾਲ ਕਹਿਣ ਲੱਗੇ, ਪਾਤਸ਼ਾਹ ਮੈਂ ਮਰ ਜਾਣਾ,
मर के मैं सड़ जाना, सड़के मेरी सुआह बन जानी आ, हवा आवेगी मेरी सुआह नूं तुहाडे चरणां विचों उड़ा के दूर किते बगानिया के बूहां मूहरे सड़ देगी। लोग मेरी सुआह नूं वेख के किते कहण ना कि गोआ तां हरेक दे घर मूहरे तुरिया फिरदा है। सत संगत गौर फरमाउणा, अपने गरीबान में सिर नीमा कर वेख, अपने मन झाती मारो। भाई नंद लाल इस गुरु का चेला ते आपां भी ऐसे खसम दे सिखिया, वो मर के भी नहीं छड़ना चाहुंदा, असी जिउंदे जी कित्थे खलोते हैं। बस इस गल नूं दिल विच टिकाउणा, पता लग जाएगा सन्मान किन्हां नूं मिलदे ने, गुरु दे घर विचों इज्जतां किन्हां नूं मिलदियां, किन्हां नूं सतगुरु बड़ियाईयां दिंदे ने।